ਅੱਜ ਅੰਮ੍ਰਿਤਸਰ ਦੇ ਕਸਬਾ ਰਈਆ ਵਿਖੇ ਸਾਨੀਆ ਮੇਕਓਵਰ ਸਲੂਨ ਵੱਲੋਂ ਵਿੱਢੇ ਗਏ ਇੱਕ ਉਪਰਾਲੇ ਤਹਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਤੀਆਂ ਦੇ ਤਿਉਹਾਰ ਵਿੱਚ ਜਿਸ ਨੂੰ ਧੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਰਈਆ ਦੀਆਂ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਭਾਗ ਲੈਣ ਵਾਲੀਆਂ ਔਰਤਾਂ ਪਿਓਰ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਈਆਂ ਅਤੇ ਪੰਜਾਬੀ ਬੋਲੀਆਂ ਪਾਉਂਦੀਆਂ ਵੀ ਨਜ਼ਰ ਆਈਆਂ। ਵਧੇਰੇ ਜਾਣਕਾਰੀ ਦਿੰਦਿਆਂ ਆਰਗੇਨਾਈਜ਼ਰਸ ਵਿੱਚੋਂ ਇੱਕ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੀਆ ਮੇਕਓਵਰ ਸਲੂਨ ਰਈਆ ਵੱਲੋਂ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਇਲਾਕੇ ਦੀਆਂ ਔਰਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਉਹਨਾਂ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਰ ਹੋਣੇ ਚਾਹੀਦੇ ਹਨ ਤਾਂ ਜੋ ਤੀਆਂ ਦਾ ਤਿਉਹਾਰ ਅਲੋਪ ਨਾ ਹੋ ਸਕੇ ਅਤੇ ਯੁਗਾਂ ਯੁਗਾਂ ਤੱਕ ਚੱਲਦਾ ਰਹੇ। ਆਪਾਂ ਇੱਥੇ ਤੀਆਂ ਦਾ ਤਿਉਹਾਰ ਦਾ ਜਿਹੜਾ ਆਖਰੀ ਪੜਾਅ ਜਿਹੜਾ ਵਾ ਉਹਦੇ ਵੱਲੋਂ ਆਪਾਂ ਬੋਲ ਰਹੇ ਇੱਥੇ ਮਨਾ ਰਹੇ ਹਾਂ। ਹਾਂਜੀ, ਧੂਮਧਾਮ ਨਾਲ ਮਨਾ ਰਹੇ ਹਾਂ, ਜਿਹਦੇ ਵਿੱਚ ਆਪਣੀਆਂ ਬੀਬੀਆਂ ਜਿਹੜੀਆਂ ਰਹੀਆਂ ਕਸਬੇ ਦੀਆਂ ਵਾ ਉਹ ਇਹਨੂੰ ਆਪਣੇ ਸੱਭਿਆਚਾਰ ਆਪਣੇ ਦਿਲ ਦੇ ਵਲਵਲੇ ਨੂੰ ਜਿਹੜੀਆਂ ਪ੍ਰਗਟਾ ਰਹੀਆਂ ਵਾ, ਹੈ ਨਾ। ਅਤੇ ਇਹ ਤੀਆਂ ਦਾ ਤਿਉਹਾਰ ਜਿਹੜਾ ਵਾ ਇੱਦਾਂ ਹੀ ਜਿਹੜਾ ਵਾ ਸਦਾ ਜਿਹੜਾ ਪੁਰਾਣੇ ਜੋ ਰੀਤ ਹੈ ਮਨਾਈ ਜਾ ਰਹੀ ਆ, ਹੈ ਨਾ। ਅਤੇ ਇੱਦਾਂ ਹੀ ਇਹਨੂੰ ਕੰਟੀਨਿਊ ਰੱਖਣ ਲਈ ਆਪਾਂ ਕਹਿੰਦੇ ਹਾਂ ਵੀ ਇਸੇ ਤਰ੍ਹਾਂ ਇਹਨੂੰ ਬਰਕਰਾਰ ਰੱਖਿਆ ਜਾਵੇ। ਤੋ ਅੱਜ ਕੱਲ੍ਹ ਦੇ ਜਿਹੜੇ ਆ ਨਵੀਂ ਯੁੱਗ ਦੀ ਜਿਹੜੀ ਪੀੜ੍ਹੀ ਹੈ ਉਹ ਇਸ ਨੂੰ ਅਲੋਪ ਕਰ ਰਹੀ ਆ ਜਾਂ ਉਹਨਾਂ ਦਾ ਹੋਰ ਰੁਝਾਨ ਵਧਣ ਕਰਕੇ ਆਪਣੇ ਰੁਝੇਵੇਂ ਵਧਣ ਕਰਕੇ ਅਤੇ ਪਰ ਆਪਾਂ ਚਾਹੁੰਦੇ ਹਾਂ ਵੀ ਇਹਨੂੰ ਬਰਕਰਾਰ ਰੱਖਿਆ ਜਾਵੇ ਇਸੇ ਤਰ੍ਹਾਂ। ਹਾਂਜੀ ਹਾਂਜੀ, ਉਸੇ ਕਰਕੇ ਇੰਨਾ ਇਹ ਅਲੋਪ ਹੋ ਰਿਹਾ। ਅੱਜ ਦਾ ਜਿਹੜਾ ਫੈਸਟੀਵਲ ਆ ਉਹ ਸਾਨੀਆ ਮੇਕਓਵਰ ਵੱਲੋਂ ਕਰਵਾਇਆ ਗਿਆ ਆ ਅਤੇ ਅਸੀਂ ਸਾਰੀਆਂ ਲੇਡੀਜ਼ ਨੇ ਇੱਥੇ ਆ ਕੇ ਬਹੁਤ ਇੰਜੋਏ ਕੀਤਾ ਕਿ ਵਿਆਹਾਂ ਤੋਂ ਬਾਅਦ ਜਿਹੜੀਆਂ ਕੁੜੀਆਂ ਸਾਉਣ ਕੱਟਣ ਆਉਂਦੀਆਂ ਆ ਉਹ ਸਾਰਾ ਫਰੈਂਡ ਸਰਕਲ ਇਕੱਠਾ ਹੋ ਗਿਆ ਤਾਂ ਅਸੀਂ ਬਹੁਤ ਸਾਰਾ ਇੰਜੋਏ ਕੀਤਾ ਅੱਜ। ਐਕਚੁਲੀ ਭਾਅ ਜੀ ਹੁਣ ਮਤਲਬ ਜ਼ਿਆਦਾ ਬਾਹਰ ਨਹੀਂ ਆਉਂਦੇ ਹੈਗੇ ਲੋਕ ਤਾਂ ਇਸ ਲਈ ਜਿਹੜਾ ਇਹ ਵਾਲਾ ਤਿਉਹਾਰ ਆ ਉਹ ਪਿੱਛੇ ਪੈ ਗਿਆ ਆ ਕਿ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੀਮਿਤ ਹੋ ਗਏ ਆ, ਆਪਣੀ ਆਪਣੀ ਫੈਮਿਲੀ ਦੇ ਵਿੱਚ ਸੀਮਿਤ ਹੋ ਗਏ ਆ। ਅਤੇ ਇਹ ਰੈਸਟੋਰੈਂਟ ਦੇ ਵਿੱਚ ਇਸ ਲਈ ਆ ਗਿਆ ਆ ਕਿ ਜਿੱਦਾਂ ਦੀਦੀ ਹੁਣਾਂ ਨੇ ਇਹ ਤਿਉਹਾਰ ਜਿਹੜਾ ਆ ਔਰਗਨਾਈਜ਼ ਕੀਤਾ ਤਾਂ ਸਾਡੇ ਵਰਗਿਆਂ ਨੂੰ ਵੀ ਮੌਕਾ ਮਿਲ ਗਿਆ ਇੱਥੇ ਇਕੱਠਾ ਹੋਣ ਦਾ। ਇਹ ਤੀਆਂ ਦਾ ਤਿਉਹਾਰ ਇਸ ਕਰਕੇ ਮਨਾਇਆ ਜਾਂਦਾ, ਇਹ ਤੀਆਂ ਦਾ ਤਿਉਹਾਰ ਹੁੰਦਾ ਵਾ। ਇਸ ਮੌਕੇ 'ਤੇ ਸਾਰੀਆਂ ਹੀ ਧੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ, ਖੁਸ਼ੀਆਂ ਕਰਦੀਆਂ, ਗਾਣੇ ਗਾਉਂਦੀਆਂ ਅਤੇ ਜਿਹੜੀਆਂ ਸਹੁਰੇ ਗਈਆਂ ਹੁੰਦੀਆਂ ਉਹ ਵੀ ਆ ਕੇ ਇਹ ਤੀਆਂ ਦਾ ਤਿਉਹਾਰ ਮਨਾਉਂਦੀਆਂ ਵਾ। ਪੁਰਾਣੇ ਜ਼ਮਾਨੇ 'ਚ ਤਾਂ ਸਪੈਸ਼ਲ ਵੀਰ ਭੈਣਾਂ ਨੂੰ ਲੈ ਕੇ ਆਉਂਦੇ ਹੁੰਦੇ ਸੀ ਸਾਉਣ ਦੇ ਮਹੀਨੇ 'ਚ, ਇਹ ਸਾਉਣ ਦਾ ਮਹੀਨਾ ਮਨਾਇਆ ਜਾਂਦਾ ਸੀ ਅਤੇ ਸਾਉਣ ਦੇ ਮਹੀਨੇ 'ਚ ਜਿੰਨੇ ਵੀ ਐਤਵਾਰ ਹੁੰਦੇ ਆ ਸਾਰੇ ਐਤਵਾਰ ਵਿੱਚ ਇਹ ਤੀਆਂ ਦਾ ਇਕੱਠ ਕੀਤਾ ਜਾਂਦਾ, ਕੁੜੀਆਂ ਹੱਸਦੀਆਂ, ਗਾਉਂਦੀਆਂ, ਗਿੱਧੇ ਪਾਉਂਦੀਆਂ। ਇਹ ਪੁਰਾਣੀ ਰੀਤ ਹੈ ਜਿਹਨੂੰ ਅਸੀਂ ਹਮੇਸ਼ਾ ਵਾਸਤੇ ਬਰਕਰਾਰ ਰੱਖਣਾ ਚਾਹੁੰਦੇ ਹਾਂ ਕਿਉਂਕਿ ਨਵੇਂ ਯੁੱਗ ਦੇ ਵਿੱਚ ਆ ਕੇ ਇਹ ਪੀੜ੍ਹੀ ਮੰਨਦੀ ਨਹੀਂ ਹੋਣ ਵਾਲੀ ਅਤੇ ਇਸ ਨੂੰ ਅਸੀਂ ਇਹ ਯਾਦ ਤਾਜ਼ਾ ਰੱਖਣ ਵਾਸਤੇ ਇਹ ਪ੍ਰੋਗਰਾਮ ਕਰਦੇ ਹਾਂ ਤਾਂ ਜੋ ਕਿ ਇਹ ਪੁਰਾਣੀਆਂ ਯਾਦਾਂ ਜਿਹੜੀਆਂ ਨਾ ਇੱਦਾਂ ਤਾਜ਼ਾ ਹੁੰਦੀਆਂ ਰਹਿਣ, ਪੁਰਾਣਾ ਸੱਭਿਆਚਾਰ ਸਾਡਾ ਬਰਕਰਾਰ ਰਹੇ। ਅੱਜ ਦਾ ਫੰਕਸ਼ਨ ਬਹੁਤ ਵਧੀਆ ਔਰਗਨਾਈਜ਼ ਕੀਤਾ ਸਾਨੀਆ ਨੇ, ਸਾਰਿਆਂ ਨੇ ਬਹੁਤ ਇੰਜੋਏ ਕੀਤਾ। ਤੀਆਂ ਦਾ ਫੰਕਸ਼ਨ ਸੀ, ਅਸੀਂ ਹਮੇਸ਼ਾ ਹਾਊਸ ਵਾਈਫ ਵੀ ਘਰੇ ਰਹਿੰਦੀਆਂ ਬਟ ਅੱਜ ਬਹੁਤ ਇੰਜੋਏ ਕਰਕੇ ਸਾਨੂੰ ਬਹੁਤ ਮਜ਼ਾ ਆਇਆ।
ਫੰਕਸ਼ਨ ਕਾਮਨ ਹੁੰਦਾ ਸੀ ਪਿੰਡਾਂ ਦੇ ਵਿੱਚ, ਹਾਂਜੀ, ਉਹ ਅੱਜ ਕੱਲ੍ਹ ਬਗੈਰ ਰਹਿ ਗਿਆ, ਕੀ ਲੱਗਦਾ ਕਿਉਂ ਹੋਏਗਾ? वैसे क्योंकि सारे अजकल आप अपने काम च बिजी आ, कोई घरों बाहर निकल के खुश नहीं है। जिमें गर्मी से अज ए सी और सी, असी भी आ गए, वधिया लगा, बहुत मजा आया। अगले साल तो क्या होर वधिया करो, ते असी हर साल आया करांगे।